ਅਫਸਰ ਕੀ ਗੋਇਲ ਅਤੇ ਇਸ ਟਾਈਮ ਮੈਂ ਓਨ ਗਲੋਬਲ ਇਮੀਗ੍ਰੇਸ਼ਨ ਸੈਂਟਰ 'ਚ ਖੜ੍ਹਾਂ ਅਤੇ ਮੇਰੇ ਅਕੋਰਡਿੰਗਲੀ ਇਹ ਆਪਣੇ ਇੱਥੇ ਇੰਡੀਆ ਦੇ ਵਿੱਚ ਸਭ ਤੋਂ ਬੈਸਟ ਇਮੀਗ੍ਰੇਸ਼ਨ ਸੈਂਟਰ ਆ ਬਿਕੋਜ਼ ਜਿੱਥੇ ਤੱਕ ਮੈਨੂੰ ਲੱਗਦਾ ਸੀ ਮੇਰਾ ਵੀਜ਼ਾ ਇੰਪੋਸੀਬਲ ਸੀ ਪਰ ਲੇਕਿਨ ਮੈਂ ਜਦੋਂ ਇਹਨਾਂ ਕੋਲ ਆਇਆ ਇਹਨਾਂ ਨੇ ਆਪਣਾ ਕੇਸ ਡਿਸਕਸ ਕੀਤਾ ਸਾਰਾ ਇਹਨਾਂ ਨੇ ਮੇਰੇ ਡਾਕੂਮੈਂਟਸ ਰੈਡੀ ਕੀਤੇ ਮੇਰੀ ਫਾਈਲ ਇਹਨਾਂ ਨੇ ਮੇਰੇ ਮੂਹਰੇ ਬੈਠ ਕੇ ਲਗਾਈ ਅਤੇ ਇੱਕ ਮਿੰਟ ਦੇ ਵਿੱਚ ਰਿਵਰਟ ਬੈਕ 'ਚ ਮੈਨੂੰ ਮੇਰਾ ਵੀਜ਼ਾ ਮਿਲ ਗਿਆ ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਮੈਂ ਸਾਰਿਆਂ ਨੂੰ ਆਹੀ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣਾ ਵੀਜ਼ਾ ਲਵਾਉਣਾ ਜਿਨ੍ਹਾਂ ਜਿਨ੍ਹਾਂ ਨੇ ਵੀ ਬਾਹਰ ਬਾਰੇ ਇਨਫੋਰਮੇਸ਼ਨ ਕਲੈਕਟ ਕਰਨੀ ਹੈ ਜਾਂ ਕੁਛ ਵੀ ਉਹ ਪਲੀਜ਼ ਓਨ ਗਲੋਬਲ ਸੈਕਟਰ 17 ਚੰਡੀਗੜ੍ਹ ਵਿੱਚ ਜ਼ਰੂਰ ਵਿਜ਼ਿਟ ਕਰਨ। ਥੈਂਕ ਯੂ।